ਮਿਸਤਰੀ ਆਪਣੇ ਆ ਗਏ ਆ ਤੇ ਉੱਪਰਲੀ ਸਾਈਡ ਪਏ ਆ ਬਹਿਰੇ, ਤੇ ਅੱਜ ਆਪਣਾ ਮੇਨ ਗੇਟ ਵੀ ਇੱਕ ਸੈਟਿੰਗ ਹੋ ਜਾਣੀ ਆ ਸਾਰੀ, ਤੇ ਮੇਨ ਗੇਟ ਉਦਾਂ ਲਾ ਲਾਂਗੇ, ਸੈਟਿੰਗ ਕਰਵਾ ਲਾਂਗੇ, ਕਰੀ ਲਾ ਕੇ ਵੀ ਖੋਲਣਾ ਖੋਲਣਾ ਕਿੱਦਾਂ ਮਤਲਬ ਹੈ ਨਾ, ਤੇ ਉਹ ਸੈਟਿੰਗ ਕਰਕੇ ਫਿਰ ਬਹਿਰੇ ਲਾ ਦੇਣਗੇ ਪੱਕੇ, ਤੇ ਗੇਟ ਬਾਅਦ 'ਚੋਂ ਟੰਗ ਲਾਂਗੇ ਆਪਾਂ, ਗੇਟ ਖੋਲ ਲਾਂਗੇ, ਇੱਥੇ ਬਹਿਰੇ ਪਏ ਹੋਣੇ, ਬਹਿਰੇ ਕੱਢ ਲਈਏ। ਬੜਾ ਇੱਧਰ ਉੱਧਰ ਹੋਇਆ, ਟੋਰਚ ਹੀ ਰੱਖੇ ਹੋਏ ਬਹਿਰੇ ਹੋਵੇ ਜੀ। ਲਓ ਜੀ ਬਹਿਰੇ ਫੜਾਈਏ ਮਿਸਤਰੀਆਂ ਨੂੰ, ਸੈਟਿੰਗ ਕਰਨੀ ਉਹਨਾਂ ਨੇ ਕੀਤੀ। ਮਿਸਤਰੀ ਆਪਣੇ ਬੰਨਣ ਡੇ ਪਿੱਲਰ, ਅਤੇ ਅੱਜ ਪਿੱਲਰ ਬਣਾ ਕੇ ਅਤੇ ਬਾਹਰਲੀ ਸਾਈਡ 'ਤੇ ਗੇਟ ਰੋਕ ਦੇਣਾ, ਆਪਾਂ ਸੈਟਿੰਗ ਕਰਾਂਗੇ ਸਾਰੀ। ਮੈਂ ਉੱਤੇ ਜਿਹੜੇ ਰਿੰਗ ਤੂੰ ਚਲਾਉਣੇ ਆ ਨਾ, ਫਿਰ ਅਸੀਂ ਉਸੇ ਜਗ੍ਹਾ ਟਿਕਾਣੇ ਹੀ ਜਾਈਏ, ਉੱਥੋਂ ਤੇਰਾ ਦੂਜਾ ਵੀ ਸਮਾਨ ਲਿਆ ਦਈਏ, ਫਿਰ ਨਾ ਭੱਜਣਾ ਪਵੇ ਸਾਨੂੰ। ਮੈਂ ਕਿਹਾ ਥੋੜ੍ਹੇ ਜਿਹੇ ਰਿੰਗ ਜਿਹੇ ਘੱਟ ਗਏ ਵਾਲੇ ਸਾਈਜ਼, ਰਿੰਗ ਲੈ ਜਾਈਏ ਜਾ ਕੇ, ਅਤੇ ਫਿਰ ਆਪਣਾ ਚਲੋ ਆ ਪਿੱਲਰ ਪੁੱਲਰ ਕੰਪਲੀਟ ਹੋ ਜਾਣਗੇ, ਉਸ ਤੋਂ ਬਾਅਦ ਫਿਰ ਦੇਖਦੇ ਹਾਂ ਕੀ ਮਾਹੌਲ ਹੈ। ਆਪਾਂ ਇੱਥੋਂ ਲੈ ਲਈਏ ਸਰੀਆ ਦਾ ਰਿੰਗ, ਅਤੇ ਨਾਲ ਹੀ ਅੱਜ ਕਟਾ ਲਈਏ, ਜਿੰਨੇ ਜਿੰਨੇ ਲੈਂਥਾਂ ਪੈਣ ਵਾਲੀਆਂ ਪਾ ਲਈਏ ਨਾਲ ਨਾਲ ਹੀ, ਬਾਅਦ 'ਚੋਂ ਫਾਈਨਲ ਕਰਨ ਵਾਲਾ ਬਣੀਏ ਕੰਮ, ਅਤੇ ਲੈਂਟਰ ਪੈਣ ਵਾਲਾ ਹੋਵੇ ਸੁੱਕਣਾ, ਮਹਾਰਾਜ ਕਿਰਪਾ ਨਾ, ਬਸ ਥੋੜ੍ਹਾ ਹੀ ਰਹਿ ਗਿਆ ਕੰਮ ਹੁਣ ਆਪਣਾ। ਤਿੰਨ ਆਪਣੇ ਜਿਹੜੇ ਪਿੱਲਰ ਫਰੰਟ ਵਾਲੇ ਉਹ ਤਿਆਰ ਹੋ ਗਏ ਆ, ਅਤੇ ਇੱਕ ਹੋਰ ਛੋਟਾ ਪਿੱਲਰ ਜਿਹੜਾ ਉਹ ਤਿਆਰ ਹੋ ਲੱਗਾ। ਇਹ ਕਾਰੀਗਰੀ ਦਾ ਕੰਮ, ਪਿੱਲਰ ਬੰਨਣਾ ਵਧੀਆ ਕਾਰੀਗਰ ਦਾ ਕੰਮ ਹੈ। ਅਤੇ ਆਪਾਂ ਹੁਣ ਅੱਜ ਗੇਟ ਦੀ ਸ਼ੁਰੂਆਤ ਹੋ ਗਈ ਹੈ, ਮੈਂ ਤੇਲ ਚੋਈ ਕਰ ਲਈਏ ਬਾਬਾ ਜੀ ਕਿਰਪਾ ਨਾਲ, ਅਤੇ ਨਾਲ ਮਿੱਠਾ ਵੀ ਕਰਾ ਦਈਏ ਮੂੰਹ, ਅਤੇ ਡੈਡੀ ਹੁਣੀ ਲੈ ਗਏ ਚਾਹ ਅਤੇ ਨਾਲ ਵੇਸਣ ਲੈ ਗਏ ਆ ਉੱਥੇ, ਅਤੇ ਚਾਹ ਵੇਸਣ ਲੈ ਕੇ ਮੰਮੀ ਡੈਡੀ ਹੁਣੀ ਦੋਵੇਂ ਗਏ, ਬਾਬਾ ਸ਼ਹੀਦਾਂ ਨੇ ਕਿਰਪਾ ਕਰੀ ਮਾਲਕਾ, ਬਾਬਾ ਦੀਪ ਸਿੰਘ ਬਾਬਾ ਜੀ ਦਾ ਨਾਂ ਲਾ ਕੇ ਗੇੜ ਲੱਗ ਗਿਆ ਵਧੀਆ। ਫੜਾਂ ਤਾਰ ਭਾਅ ਜੀ ਫੜਾਂ, ਫੜਦਾ ਮੈਂ ਤਾਰ ਫੜਦਾ, ਸਾਈਕਲ ਜੀ ਆ ਗਿਆ ਵੇਸਣ, ਕਰ ਲਈਆ ਪਾਉਣੀ ਮਿੱਠਾ। ਅੱਜ ਆਪਣਾ ਬੂਹਾ ਮਤਲਬ ਦੀਵਾਰ ਪੱਕ ਗਈ, ਅਤੇ ਬੂਹਾ ਜਿਹੜਾ ਖੁੱਲ੍ਹਣ ਲੱਗ ਪਿਆ ਵਧੀਆ ਹੋ ਗਿਆ, ਖੁੱਲ੍ਹ ਗਿਆ ਵਾ, ਸੋਹਣਾ ਲੱਗਣ ਡਿਆ ਕੰਮ ਵਧੀਆ। ਅਤੇ ਹੁਣ ਆਪਾਂ ਐਵੇਂ ਵਾਰੀ ਹੈਗੀ ਵੱਡੇ ਗੇੜ ਦੀ, ਅਤੇ ਆਹ ਗਰਿੱਲ ਵੀ ਆ ਗਈ ਆਪਣੀ,
ਲਵਾ ਲਿਆ, ਵੱਡਾ ਗੇਟ ਵੀ ਲਵਾ ਲਿਆ ਵਾ, ਅਤੇ ਹੁਣ ਲਾਉਂਦੇ ਕਰਦੇ ਹਾਂ ਸੈਟਿੰਗ ਬਾਹਰਲੇ ਮੇਨ ਗੇਟ ਦੀ ਵੱਡੇ ਦੀ। ਗੇਟ ਦਾ ਕੰਮ ਥੋੜ੍ਹਾ ਜਿਹਾ ਹੁੰਦਾ ਜਦ ਔਖਾ ਵਾ, ਕਾਰੀਗਰੀ ਦਾ ਕੰਮ ਆ, ਅਤੇ ਬਿਲਕੁਲ ਜਿਹੜਾ ਨਾ ਸਾਲ ਮਾਰ ਕੇ ਇੱਕਦਮ ਪੂਰੀ ਦਾ ਪਰਫੈਕਟ ਕੰਮ ਕਰਨਾ ਪੈਂਦਾ, ਸਾਲ ਮਾਰ ਮਾਰ ਕੇ ਨਾ ਵੇਖਣਾ ਪੈਂਦਾ ਗੇਟ ਨੂੰ। ਲਓ ਜੀ ਮਿਸਤਰੀ ਸਾਲ ਨਾ ਚੰਗੀ ਤਰ੍ਹਾਂ ਜਾਂ ਚੱਕ ਚੁੱਕ ਕਰਕੇ ਨਾ ਗੇਟ ਦਾ ਪੂਰਾ ਲੈਵਲ ਕੱਢ ਕੇ ਫੇਰ ਪੂਰਾ ਐਂ ਟੱਕਰ 'ਤੇ ਆਵੇ ਗੇਟ, ਨਾ ਵਾਧ ਨਾ ਘਾਟ, ਵਧੀਆ ਤਰੀਕੇ ਨਾਲ ਸਾਲ ਜਿਹੜਾ ਵੱਜ ਗਿਆ ਨਾ ਸਾਰਾ ਗੇਟ। ਠੀਕ ਆ ਮਿਸਤਰੀ ਸਾਹਿਬ, ਹਲਕੀ ਜੀ ਮਾਰੀ ਨਾ, ਠੀਕ ਹੈ ਹੁਣ ਉੱਤੋਂ ਥੋੜ੍ਹਾ ਜਿਹਾ ਆਊਟ ਹੋ ਗਿਆ ਜੀ ਉੱਧਰੋਂ, ਆਹ ਜਿਹੜੀ ਚੀਜ਼ ਹੈ ਨਾ ਬੰਦੀ ਇਹ ਪੁੱਛ ਉੱਤੋਂ, ਹਾਂ ਧਿਆਨ ਨਾਲ ਪਿੱਛੇ ਧੱਕ ਨਾ ਲੱਗੇ, ਧਿਆਨ ਰੱਖੀ ਇਹਨੂੰ ਲੱਗੀਆਂ ਮੌਜਾਂ, ਭੱਜਿਆ ਹੀ ਫਿਰਨ ਡਿਆ। ਕਿੱਧਰ ਆਇਆ ਇੱਧਰ ਮਿਸਤਰੀ, ਨਾ ਮਿਸਤਰੀ ਉਹ ਮਿਸਤਰੀ ਨੂੰ ਦਈਏ ਪਲਾਸ, ਮਿਸਤਰੀ ਨੂੰ ਦਈਏ, ਆਜੋ 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 ਗੁਰਬਾਜ ਸਿੰਘ ਆਜੋ, ਲਓ ਜੀ ਗੇਟ 'ਤੇ ਮਹਾਰਾਜ ਆਪਣਾ ਸੈਟਿੰਗ ਹੋ ਗਈ ਆ, ਅਤੇ ਹੁਣ ਰੋਕਾਂ ਲੱਗਣ ਦੀਆਂ ਪਿੱਲਰਾਂ ਦੀਆਂ, ਰੋਕਾਂ ਲਾ ਕੇ ਪਿੱਲਰ ਭਰ ਦਿੰਦੇ ਹਾਂ ਵਧੀਆ, ਬਾਬਾ ਜੀ ਕਿਰਪਾ ਨਾ। ਲਓ ਮਿਸਤਰੀ ਸਾਹਿਬ ਪਲਾਸ, ਆਹ ਪਿੱਲਰ ਦਾ ਇੱਕ ਬੰਨੇ ਫੱਟਾ ਵੱਜ ਗਿਆ, ਇੱਧਰੋਂ ਆਉਣੇ ਦੂਜੇ ਬੰਨੇ ਬੰਨਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਸ਼ੁਰੂ ਕੰਮ, ਮਸਾਲਾ ਪਾਉਂਦੇ ਹਾਂ ਫਿਰ। ਅੱਜ ਜਿਹੜਾ ਸਾਡਾ ਤੰਦੂਰ ਹੈ, ਨਾਲ ਦੀ ਆਂਟੀ ਨਾਲ ਦੇ ਬੰਨੇ ਰਹਿੰਦੇ, ਉਹ ਲੈ ਕੇ ਗਏ ਸੀ ਤੰਦੂਰ, ਉਹ ਕਹਿੰਦੇ ਕੁਲਚੇ ਬਣਾਉਣੇ ਆ, ਅਤੇ ਸੋ ਆਂਟੀ ਹੋਣਾਂ ਨੇ ਬੜੇ ਸੋਹਣੇ ਬਣਾਏ ਕੁਲਚੇ ਆ, ਉੱਥੋਂ ਨਹੀਂ ਵਧੀਆ ਵਧੀਆ ਬਿਲਕੁਲ ਫਸਟ ਕਲਾਸ ਆ, ਹੈਂ ਆ ਸੋ ਖਾਂਦੇ ਹਾਂ ਜੀ ਕੁਲਚੇ ਛੋਲੇ ਆ ਗਏ ਜੀ, ਕਰਦੇ ਹਾਂ ਟਰਾਈ, ਕਰ ਲਓ ਟਰਾਈ ਹੁਣ, ਖਾ ਲਓ ਕੁਲਚੇ ਛੋਲੇ। ਗੁਰਬਾਜ ਸਾਹਿਬ ਕੁਲਚੇ ਛੋਲੇ ਖਾਣੇ ਜੀ, ਮੱਖਣ ਸਗੋਂ ਪਿਆ ਹੋਣਾ, ਮੱਖਣ ਪਿਆ ਹੋਣਾ, ਆਪਣਾ ਬਟਰ ਪਿਆ ਹੋਣਾ ਫਰਿੱਜ 'ਚ, ਬਟਰ ਆਪਣੇ ਕੋਲ ਹੈ, ਇੱਕ ਮਿੰਟ ਥੋੜ੍ਹਾ ਜਿਹਾ ਪਿਆ ਹੋਣਾ ਨਾ, ਬਾਕੀ ਵਰਤਿਆ ਗਿਆ ਵਾ, ਇੱਕ ਪਿਆ ਹੋਣਾ ਥੋੜ੍ਹਾ ਜਿਹਾ ਆ ਪਿਆ, ਚਲੋ ਕਰਨ ਮੈਂ ਕਿਹਾ ਬਟਰ ਲਾ ਕੇ ਖਾਂਦੇ ਜਿਹੜਾ ਜ਼ਿਆਦਾ ਸਵਾਦ ਆਊਗਾ। ਹਾਂ ਲਓ
ਲਓ ਜੀ ਹੈ ਦੇਸੀ ਘਿਓ ਲਾਇਆ। ਚਲੋ ਬਟਰ ਵੀ ਪਾ ਲਓ ਥੋੜ੍ਹਾ ਜਿਹਾ, ਟੇਸਟ ਹੋ ਜਾਂਦਾ ਹੋਰ ਜ਼ਿਆਦਾ ਵਧੀਆ। ਕੋਈ ਨਹੀਂ, ਡੈਡੀ ਨੂੰ ਵੀ ਟੇਸਟ ਕਰਵਾ ਦਿਓ, ਡੈਡੀ ਨਾਲ ਮੰਮੀ ਨਾਲ ਕਰਾਓ ਟੇਸਟ। ਲਓ ਜੀ ਆ ਗਿਆ ਜੀ ਬਟਰ ਵਾਲਾ, ਹੁਣ ਤਾਂ ਕੁਲਚਾ ਬਣ ਗਿਆ ਜੀ ਸਾਡਾ। ਸੋ ਖਾਂਦੇ ਹਾਂ ਜੀ, ਕਰਦੇ ਹਾਂ ਟੇਸਟ। ਕਿੱਦਾਂ, ਠੀਕ ਆ? ਬੈਸਟ ਤੋਂ ਬੈਸਟ ਆ। ਰਾਤ ਦੇ 9 ਵੱਜ ਗਏ ਆ ਅਤੇ ਮਿਸਤਰੀ ਹਜੇ ਵੀ ਹਜੇ ਲੱਗੇ ਨੇ, ਮਤਲਬ ਅਸੀਂ ਓਵਰ ਟਾਈਮ ਲਵਾਉਣ ਡਿਆ ਕਿਉਂਕਿ ਸਾਡਾ ਜਿਹੜਾ ਮੇਨ ਗੇਟ ਦਾ ਦਰਵਾਜ਼ਾ ਵਾ ਉਹਦੇ ਪਿੱਲਰ ਰਹਿ ਗਏ ਸੀ ਭਰਨ ਵਾਲੇ, ਅਤੇ ਬੈਰੇ ਬੂਰੇ ਤੁਹਾਨੂੰ ਪਤਾ ਫਿਰ ਵਿੱਚ ਹੀ ਆਉਣੇ ਹੁੰਦੇ, ਮੇਰੇ ਕੱਚਾ ਕੰਮ ਹੋ ਜਾਂਦਾ, ਫਿਰ ਕੋਈ ਲਾ ਕੇ ਵੀ ਲੈ ਜਾ ਸਕਦਾ ਹੈ ਨਾ, ਕੱਚਾ ਕੰਮ ਜ਼ਰੂਰ ਕਰਨਾ ਮੈਂ ਕਿਹਾ। ਫਿਰ ਅਸੀਂ ਇਹ ਸਲਾਹ ਕੀਤੀ ਵੀ ਮਿਸਤਰੀਆਂ ਕੋਲ ਓਵਰ ਟਾਈਮ ਲਵਾ ਲਈਏ, ਅਤੇ ਹੁਣ ਮਿਸਤਰੀ ਸਾਡੇ ਲਾਉਂਦੇ ਨੇ ਓਵਰ ਟਾਈਮ, 9 ਵੱਜ ਚੁੱਕੇ ਰਾਤ ਦੇ, ਅਤੇ 100 ਲਾਉਂਦੇ ਨੇ ਜਿਹੜੇ ਹੁਣ ਪਿੱਲਰ ਆ ਗੇਟ ਦੇ ਉਹ ਭਰ ਰਹੇ ਨੇ। ਹਨੇਰਾ ਹਾਰਿਆ ਹੋਇਆ ਪਿਆ, ਇੱਕ ਸ਼ੁਕਰ ਆ ਇੱਕ ਬਿਲਕੁਲ ਲੈਟ ਸਾਡੇ ਜਿਹੜੇ ਮਤਲਬ ਘਰ ਦੇ ਬਿਲਕੁਲ ਸਾਹਮਣੇ ਲੱਗੀ, ਇਹ ਚੀਜ਼ ਦਾ ਵਾਧਾ ਵਾ ਅਤੇ ਫਾਇਦਾ ਇਸ ਚੀਜ਼ ਦਾ ਵੀ ਹੋ ਗਿਆ ਸਾਨੂੰ, ਅਤੇ ਚਾਨਣ ਮਿਸਤਰੀ ਲੱਗੇ ਆ, ਵਧੀਆ ਗੱਲ ਆ। ਆਪਣਾ ਹੁਣ ਕੰਮ ਜਿਹੜਾ ਆ ਗਿਆ ਬੰਨੇ ਦੇ ਪੂਰਾ, ਅਤੇ ਲੈਂਟਰ ਆਪਣਾ ਲੱਗ ਜਾਣਾ ਵਾ, ਅਤੇ ਇੱਥੋਂ ਹੀ ਬਸ ਹੁਣ ਰੋਕ ਦੇਣਾ, ਬਾਕੀ ਕੰਮ ਹੁਣ ਸਵੇਰੇ ਹੋਊਗਾ ਸਾਡਾ। ਅਤੇ ਬਾਕੀ ਇੰਨਾ 10:30 ਹੋ ਚੁੱਕੇ ਆ ਰਾਤ ਦੇ, ਹਾਂ 10:30 ਪੌਣੇ 11 ਹੋ ਗਏ, ਮਿੱਤੀਆਂ ਰੋਟੀ ਖਵਾ ਦਈਏ ਵਿਚਾਰਿਆਂ ਨੂੰ। ਹਾਂਜੀ ਠੰਡਾ ਠੰਡਾ ਮੰਮੀ ਆਹ ਵੱਡੀ ਬੋਲ ਖਾ ਦਿਓ। ਹਾਂਜੀ ਜੀ, ਨਾਲ ਮੇਰੇ ਕੁਝ ਖਾਸ ਭੈਣ ਪ੍ਰੋਗਰਾਮ ਕਿ ਸਾਡਾ ਵੀ ਨਾਲ ਲਓ ਵਲੌਗ ਦੇ ਵਿੱਚ, ਅਤੇ ਇੱਕ ਮੇਰੀ ਭੈਣ ਹੈਗੀ ਹੈ ਜੀ ਪਰਮਿੰਦਰ ਕੌਰ ਜੀ ਲੁਧਿਆਣੇ ਤੋਂ, ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਮੋਰਨੋ ਜੀ ਟੋਰਾਂਟੋ ਤੋਂ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਬਲਵਿੰਦਰ ਕੌਰ ਜੀ ਲੁਧਿਆਣੇ ਤੋਂ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਰਜਨੀ ਬਾਲਾ ਜੀ ਅੰਮ੍ਰਿਤਸਰ ਤੋਂ, ਅਤੇ ਇੱਕ ਸਾਡੇ ਹੋਰ ਅੰਕਲ ਜੀ ਨੇ ਜੀ ਹਰਜੀਤ ਸਿੰਘ ਜੀ ਚੰਡੀਗੜ੍ਹ ਪੁਲਿਸ ਤੋਂ, ਨਾਲ ਮੇਰੇ ਇੱਕ ਹੋਰ ਵੀਰ ਜੀ ਹੈਗੇ ਨੇ ਜੀ ਹਰਪ੍ਰੀਤ ਜੀ ਹੁਸ਼ਿਆਰਪੁਰ ਤੋਂ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਗੁਰਪ੍ਰੀਤ ਕੌਰ ਜੀ ਤਰਨ ਤਾਰਨ ਤੋਂ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਜਸਵੀਰ ਕੌਰ ਜੀ ਫਤਾਹਪੁਰ ਤੋਂ। ਹਾਂਜੀ ਜੀ, ਫਿਰ ਕਿੱਦਾਂ ਲਗਾ ਜਿਹਾ ਛੋਟਾ ਜਿਹਾ ਵਲੌਗ, ਜੇ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ, ਅਤੇ ਨਾਲ ਦੇ ਨਾਲ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ। ਮਿਲਦੇ ਹਾਂ ਸੁਣ ਜੇ ਫੈਮਲੀ ਵਲੌਗ ਦੇ ਨਾਲ, ਬਾਏ ਬਾਏ।